मुख पर उपकारी बिरला गुरुमुख पर उपकारी गुरुमुख पर उपकारी बिरला गुरुमुख पर उपकारी विरलाया भोलो गुरमुख सुख फल पाए आप गवाए गुरमुख साखी शब्द सिख सुनाए शब्द विचार सच कमाया सच हृदय मोगे सच सच सुहाया गुरमुख जन्म सवार जगत तराया गुरमुख जन्म जगत तराए गुरमुख पर उपकारी बिरला आया गुरमुख पर उपकारी बिरला गुरमुख पर उपकारी गुरमुख पर उपकारी आया बिरलाया सारी संगत बाबा नानक उन्हां दे चरणां दा ध्यान धर के भिज के आखो सतनाम सिख पंथ दे सत्कारत गुरमुख प्यारे ओ रूहां जिन्हां दे जीवन विच्चों वाशनावां दा त्याग हो गया ओ रूहां
ਔਗਣਾਂ ਦਾ ਤਿਆਗ ਕਰਕੇ ਕਿਸੇ ਮੰਜ਼ਿਲ ਤੇ ਪਹੁੰਚ ਗਈ ਆ। ਬੋਲਣ ਵਾਲੇ ਨੂੰ ਸੁਣਨ ਵਾਲੇ ਨੂੰ ਵੀ ਕੋਈ ਉਹਨਾਂ ਦਾ ਛੱਟਾ ਪੈ ਜਾਵੇ। ਇਹ ਪ੍ਰਕਰਣ ਤਾਂ ਕਰਕੇ ਅੱਜ 21ਵਾਂ ਭਾਗ 20ਵੇਂ ਭਾਗ 'ਚ ਵੀ ਆਪ ਜੀ ਨੇ ਦਰਸ਼ਨ ਕੀਤੇ ਸੀ ਭਾਈ ਮਰਦਾਨਾ ਜੀ ਦੇ। ਥੋੜ੍ਹੇ ਜਿਹੇ ਬਚਨ ਤੁਸੀਂ ਸੁਣੇ ਸੀ। ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀ ਹੈ, ਸਾਡੇ ਸਾਰੇ ਕੀਰਤਨੀਆਂ ਦੇ ਪਿਤਾਮਾ ਪਿਤਾ। ਤੀਜਾ ਬਚਨ ਤੁਸੀਂ ਸੁਣਿਆ ਸੀ, ਗੁਰੂ ਨਾਨਕ ਇੱਕ ਛਿੰਨ ਮਿਲ ਜੇ ਮਾਣ ਨਹੀਂ, ਤੁਹਾਡੇ ਸਾਡੇ ਪਿਆਰੇ ਬਾਬਾ ਆਨੰਦ ਸਿੰਘ ਜੀ ਨੇ ਕਿੰਨੀ ਘਾਲਣਾ, ਗੁਰੂ ਨਾਨਕ ਤੇਰੇ ਦਰਸ਼ਨ ਚਾਹੀਦੇ। ਉਹ ਇੱਕ ਛਿੰਨ ਮਿਲ ਜੇ ਮਾਣ ਨਹੀਂ, ਉਹ ਭਾਈ ਮਰਦਾਨਾ ਜੀ ਕਿਤਨੇ ਭਾਗਾਂ ਵਾਲੇ ਹੋਣਗੇ ਜਿਹੜੇ ਤਕਰੀਬਨ 54 ਸਾਲ ਬਾਬੇ ਨਾਨਕ ਦੇ ਨਾਲ ਰਹੇ ਨੇ। ਕਿਸੇ ਵੇਲੇ ਆਪਣੇ ਪੁੰਨ ਘੱਟ ਹੋਣ, ਆਪਣੇ ਪੁੰਨ ਘੱਟ ਹੋਣ, ਸਹਿਜ ਸੁਭਾਅ ਸਮਾਂ ਬਣ ਜੇ, ਸੁਣਵਾਈ ਨਾ ਹੋਵੇ, ਨਾ ਹੋਵੇ ਪੁੰਨ ਘੱਟ ਨੇ, ਸੁਣਵਾਈ ਨਾ ਹੋਵੇ ਤੇ ਸਹਿਜ ਸੁਭਾਅ ਚਲਾਕੀ ਨਾਲ ਨਹੀਂ, ਸਿਆਣਪ ਨਾਲ ਨਹੀਂ, ਫਿਰ ਭੋਲੇ ਭਾਅ ਸਹਿਜ ਸੁਭਾਅ ਵੀ ਤੁਹਾਡੇ ਮੁੱਖ ਚੋਂ ਨਿਕਲ ਆਏਗਾ ਨਾ। ਜਿਹੜਾ 54 ਸਾਲ ਬਾਬਾ ਨਾਨਕ ਤੇਰੇ ਨਾਲ ਰਿਹਾ, ਉਹਦੇ ਸਦਕੇ ਮੇਰਾ ਬੇੜਾ ਬੰਨੇ ਲਾ ਦੇ, ਉਹਦੇ ਸਦਕੇ ਮੇਰੀ ਬਾਂਹ ਫੜ ਲੈ ਤੇ ਸਾਧ ਸੰਗਤ, ਉਹਦੀ ਫਿਰ 54 ਸਾਲ ਦੀ ਕਮਾਈ ਚੋਂ ਕੁਝ ਪੁਆਇੰਟ ਗੁਰੂ ਨਾਨਕ ਤੁਹਾਡੇ ਝੋਲੀ 'ਚ ਪਾ ਕੇ ਕੰਮ ਸਵਾਰ ਦੇਗਾ। ਇਹ ਸਹਿਜ ਸੁਭਾਅ ਵਰਤ ਸਕਦਾ ਚਲਾਕੀ ਨਾਲ ਨਹੀਂ, ਸਹਿਜ ਸੁਭਾਅ ਸਮਾਂ ਬਣ ਜੇ। ਇਹ ਸਤਸੰਗ ਯਾਦ ਆ ਜੇ ਉਸ ਵੇਲੇ ਸੁਣਿਆ ਸੀ, ਹੋ ਸਕਦਾ ਗੁਰੂ ਗ੍ਰੰਥ ਸਾਹਿਬ ਜਿਹਨੂੰ ਪਿਓ ਕਹਿੰਦੇ ਉਹ ਕਹਿੰਦੇ ਹੋ ਸਕਦਾ ਆਪ ਮੁਕਤ ਮੁਕਤ ਕਰੇ ਨਾਨਕ ਤਿਸ ਜਨ ਕੋ ਸਦਾ। ਜਨ ਕੋਲ, ਪਿਆਰੇ ਕੋਲ, ਗੁਰਸਿੱਖ ਕੋਲ, ਰੰਗੇ ਗੁਰਮੁਖ ਕੋਲ ਇੰਨਾ ਕੁ ਕੋਟਾ, ਇੰਨਾ ਕੁ ਕੋਟਾ ਇੱਕ ਅੱਧਾ ਪੁਆਇੰਟ ਫਿਰ ਆਪਣੀ ਕਮਾਈ ਦਾ ਇੱਕ ਗਣਕਾਂ ਨੂੰ ਮਹਾਂਪੁਰਸ਼ ਦੇ ਸਕਦੇ ਹੈ ਅਤੇ ਭਾਈ ਮਰਦਾਨਾ ਜੀ ਸਾਨੂੰ ਵੀ ਦੇ ਸਕਦੇ ਹੈ। ਗੱਜ ਕੇ ਆਖੋ ਸਤਨਾਮ। ਪਿਛਲੀ ਵਾਰੀ ਆਪ ਜੀ ਨੇ ਸੁਣਿਆ ਤਕਰੀਬਨ 54 ਸਾਲ ਗੁਰੂ ਨਾਨਕ ਦੇ ਨਾਲ ਰਹੇ। ਚੌਥੀ ਗੱਲ, ਸਭ ਤੋਂ ਵੱਧ ਬਚਨ, ਹੁਣ ਇਹ ਗੱਲ ਰਾ ਘੋਖ ਨਾ ਸੁਣਿਓ, ਸਭ ਤੋਂ ਵੱਧ ਬਚਨ ਸੁਣਨ ਦਾ ਗੁਰੂ ਨਾਨਕ ਜਦੋਂ ਕਿਸੇ ਨੂੰ ਕੋਈ ਸੁਣਾਉਂਦੇ ਸੀ ਤਾਂ ਬਾਬਾ ਜੀ ਭਾਈ ਮਰਦਾਨਾ ਵੀ ਸੁਣਦੇ ਹੋਣੇ। ਹੁਣ ਸੁਣਨ ਵਾਲੇ ਕਹਿੰਦੇ ਕਦੇ ਇੱਕ ਛਿੰਨ ਸੁਣਿਆ ਹੋਏਗਾ, ਅੱਧਾ ਘੰਟਾ ਸੁਣਿਆ ਹੋਏਗਾ, ਉਹ ਹਰ ਵੇਲੇ ਨਾਲ ਨੇ। ਇਸ ਕਰਕੇ ਇਹ ਚੌਥੀ ਵਿਸ਼ੇਸ਼ ਬਾਤ ਬੋਲਣੀ ਪਏਗੀ, ਸਭ ਤੋਂ ਵੱਧ
ਬਚਨ ਸੁਣਨ ਦਾ, ਉਪਦੇਸ਼ ਸੁਣਨ ਦਾ, ਬਾਣੀ ਸੁਣਨ ਦਾ, ਨਜ਼ਦੀਕ ਰਹਿਣ ਦਾ ਅਤੇ ਸੇਵਾ ਕਰਨ ਦਾ ਸੁਭਾਗ ਭਾਈ ਮਰਦਾਨਾ ਜੀ ਨੂੰ ਪ੍ਰਾਪਤ ਹੋਇਆ। ਉਹਨਾਂ ਨੂੰ ਪੰਜਵੀਂ ਬਾਤ ਇਹ ਵੇਖੋ, ਰਾਈਟਰਾਂ ਨੇ ਖੋਜਿਆ ਕਿ ਸਾਰੀਆਂ ਉਦਾਸੀਆਂ 'ਚ ਜਿੰਨੀਆਂ ਉਦਾਸੀਆਂ ਮਹਾਰਾਜ ਨੇ ਕੀਤੀਆਂ ਅਤੇ ਭਾਈ ਮਰਦਾਨਾ ਜੀ ਬਾਬੇ ਨਾਨਕ ਦੇ ਨਾਲ ਰਹੇ ਹੈ। ਅਤੇ ਥੋੜ੍ਹੀ ਹੈਰਾਨਗੀ ਦੀ ਗੱਲ ਹੈ ਕਿ ਭਾਈ ਮਰਦਾਨਾ ਜੀ ਦੇ ਚੋਲਾ ਬਦਲਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਵੀ ਉਦਾਸੀ ਨਹੀਂ ਕੀਤੀ, ਫਿਰ ਉਹ ਵੀ ਕਰਤਾਰਪੁਰ ਟਿਕ ਗਏ। ਆਖੋ ਸਤਨਾਮ, ਸਮਝਿਓ ਗੱਲ, ਸਾਰੀਆਂ ਉਦਾਸੀਆਂ 'ਚ ਨਾਲ ਰਹੇ ਪਿਤਾ ਜੀ ਦੇ, ਅਤੇ ਜਦੋਂ ਉਹਨਾਂ ਨੇ ਚੋਲਾ ਬਦਲਿਆ ਫਿਰ ਪਿਤਾ ਜੀ ਵੀ ਕਰਤਾਰਪੁਰ ਟਿਕ ਗਏ। ਕਿੱਡਾ ਉਹਨਾਂ ਦੇ ਪਿਆਰ ਦਾ ਨਮੂਨਾ ਹੈ। ਨਾਲ ਨਾਲ ਕਹਿ ਦਈਏ, ਕਰੀ ਇੱਕ ਬਾਬਾ ਅਕਾਲ ਰੂਪ, ਗੁਜਰ ਬਾਬੀ ਮਰਦਾਨਾ। ਇੱਕ ਬਾਬਾ ਅਕਾਲ ਰੂਪ, ਗੁਜਰ ਬਾਬੀ ਮਰਦਾਨਾ। ਗੁਜਰ ਬਾਬੀ ਮਰਦਾਨਾ, ਗੁਜਰ ਬਾਬੀ ਗੁਜਰ ਬਾਬੀ ਮਰਦਾਨਾ, ਗੁਜਰ ਬਾਬੀ ਮਰਦਾਨਾ। ਛੇਵੀਂ ਗੱਲ, ਮੈਂ ਲਫ਼ਜ਼ ਬੋਲਣ ਲੱਗਾ, ਪਿਆਰ ਨਾਲ ਸੁਣਿਓ। ਬਿਨਾਂ ਕਿਸੇ ਸਵਾਰਥ ਦੇ, ਇੱਕ ਹੁੰਦਾ ਤਨਖਾਹ ਮਿਲਣੀ, ਬਿਨਾਂ ਕਿਸੇ ਸਵਾਰਥ ਦੇ ਪਹਾੜੀ ਰਸਤਿਆਂ 'ਚ ਵੀ, ਇਹ ਗੱਲ ਸੁਣਿਓ, ਬਰਫੀਲੇ ਰਸਤਿਆਂ 'ਚ ਵੀ, ਔਰ ਇੱਥੋਂ ਤੱਕ ਰਾਈਟਰਾਂ ਨੇ ਲਿਖਿਆ ਰੇਤਲੇ ਰਸਤਿਆਂ 'ਚ ਵੀ। ਆ ਮੁੰਡੇ ਕੀਰਤਨ ਕਰਨ ਜਾਂਦੇ ਆ, ਗੱਡੀ ਰਹਿਸ਼ ਹੋਰ ਜਿੱਥੇ ਜਾਣਾ ਰੁਕਣਾ, ਜਰਾ ਜਾ ਕਿਤੇ ਉਹਦੇ 'ਚ ਕੋਈ ਹੋ ਜਾਵੇ ਤੇ ਬਹੁਤੋ ਵਧੀ ਕੁਝ ਨਿਕਲ ਆਉਂਦਾ ਅੰਦਰੋਂ। ਉਹ ਭਾਈ ਮਰਦਾਨਾ ਤੂੰ ਲਾਂਭਾ ਦਿੰਦਾ ਹੀ ਨਹੀਂ। ਆਖੋ ਸਤਨਾ, ਬਰਫੀਲੇ ਰਸਤਿਆਂ 'ਚ ਵੀ ਬਾਬੇ ਦੇ ਨਾਲ, ਰੇਤਲੇ ਰਸਤਿਆਂ 'ਚ ਵੀ ਬਾਬੇ ਦੇ ਨਾਲ, ਪਹਾੜੀ ਰਸਤਿਆਂ 'ਚ ਵੀ ਬਾਬੇ ਦੇ ਨਾਲ, ਫਿਰ ਸਵਾਰਥ ਵੀ ਕੋਈ ਨਹੀਂ। ਗੱਜ ਕੇ ਆਖੋ ਸਤਨਾ, ਇੰਨਾ ਲੰਬਾ ਸਮਾਂ, ਕੈਸੀ ਅਨੋਖੀ ਬਾਤ ਹੈ। ਸੱਤਵੀਂ ਗੱਲ, ਇਹ ਤੁਸੀਂ ਪਤਾ ਤੁਹਾਨੂੰ, ਜਦੋਂ ਮਹਾਰਾਜ ਉਦਾਸੀਆਂ ਜਾਂਦੇ ਸੀ ਤੇ ਕਈ ਵਾਰੀ ਗੁਰੂ ਨਾਨਕ ਸਾਹਿਬ ਦੀ ਸਮਾਧੀ ਲੱਗ ਜਾਂਦੀ। ਹੁਣ ਉਸ ਸਮਾਧੀ 'ਚ ਰਾਈਟਰਾਂ ਨੇ ਲਿਖਿਆ ਭਾਈ ਮਰਦਾਨਾ ਜੀ ਕੀਰਤਨ ਵੀ ਕਰਨਾ ਅਤੇ ਪਹਿਰੇਦਾਰੀ ਵੀ ਕਰਨੀ। ਹਾਏ ਹਾਏ, ਆਖੋ ਸਾਧਨਾ, ਪਹਿਰੇਦਾਰੀ ਵੀ ਕੀਰਤਨ ਵੀ। ਹੁਣ ਉਹ ਖੋਲੇਗੀ ਸਮਾਧੀ ਅਤੇ ਉੱਠਣਗੇ, ਵੇਖੋ ਸੇਵਕ ਦੀ ਘਾਲਣਾ ਵੀ ਕੈਸੀ ਹੈ। ਗੁਰ ਪੀਰਾਂ ਕੀ ਚਾਕਰੀ, ਮਹਾਕਰੜੀ ਸੁਖ ਸਾਰ। ਗੁਰ ਪੀਰਾਂ ਕੀ ਚਾਕਰੀ, ਮਹਾਕਰੜੀ ਸੁਖ ਸਾਰ। ਗੁਰ ਪੀਰਾਂ ਕੀ ਚਾਕਰੀ, ਚਾਕਰੀ ਕੀ ਹਾਂ
ਭਗਤਾਂ ਕੀ ਚਾਲ ਨਿਰਾਲੀ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੈਰੀ ਬਿਖਮ ਮਾਰਗ ਚੱਲਣਾ ਲਵ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਈ ਬੋਲਣਾ ਧਨਿਓ ਤਿੱਖੀ ਵੱਲੋਂ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੋਗੈ ਜੋਗ ਨਿਰਾਲੀ ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖ ਸਾਰ ਗੁਰ ਪੀਰਾਂ ਕੀ ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖ ਸਾਰ ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖ ਸਾਰ 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 ਥੋੜੇ ਦਰਸ਼ਨ ਕਰਿਓ ਜੀ ਮੇਰਾ ਦਿਲ ਕਰਦਾ ਉਹ ਜਿਵੇਂ ਪਿਕਚਰ ਵਾਲੇ ਸੀਨ ਵਿਖਾਉਂਦੇ ਨਾ ਇੱਕ ਸੀਨ ਦੇ ਦਰਸ਼ਨ ਕਰੋ ਉਹ ਸੀਨ ਕਿਹੋ ਜਿਹਾ ਬਾਬਾ ਬੁੱਢਾ ਸਾਹਿਬ ਅਤੇ ਭਾਈ ਮਰਦਾਨਾ ਜੀ ਦਾ ਆਪਸ ਵਿੱਚ ਸੀਨ ਹੈ ਆਖੋ ਸਤਨਾਮ ਆਪਸ 'ਚ ਬੈਠੇ ਹੋਏ ਹੈ ਅਤੇ ਦਰਸ਼ਨ ਕਰਿਓ ਇਹ ਆਨੰਦ ਆਉਂਦਾ ਜਿਹੜਾ ਹਿਰਦਾ ਤੁਹਾਡੇ 'ਚੋਂ ਗੁਰਮੁਖ ਹੈ ਬਾਬਾ ਬੁੱਢਾ ਸਾਹਿਬ ਭਾਈ ਮਰਦਾਨਾ ਜੀ ਬੈਠੇ ਸਮਾਂ ਮਿਲ ਗਿਆ ਹੁਣ ਅਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਮੈਂ ਕਿੰਨੇ ਵੱਡੇ ਭਾਗਾਂ ਵਾਲਾ ਵਾਂ ਬਾਬਾ ਬੁੱਢਾ ਸਾਹਿਬ ਕਹਿੰਦੇ ਮਰਦਾਨਾ ਜੀ ਨੂੰ ਮੈਂ ਕਿੰਨੇ ਵੱਡੇ ਭਾਗਾਂ ਵਾਲਾ ਵਾਂ ਮੈਨੂੰ ਗੁਰੂ ਨਾਨਕ ਦਾ ਸੰਗ ਹੋਇਆ ਮੈਂ ਕਿੰਨੇ ਵੱਡੇ ਭਾਗਾਂ ਵਾਲਾ ਵਾਂ ਮੈਨੂੰ ਗੁਰੂ ਨਾਨਕ ਦੇ ਚਰਨਾਂ ਦਾ ਰਸ ਮਿਲਿਆ ਮੈਂ ਕਿੰਨੇ ਵੱਡੇ ਭਾਗਾਂ ਵਾਲਾ ਮਰਦਾਨਾ ਜੀ ਮੇਰੇ ਗੁਰੂ ਨਾਨਕ ਨੇ ਮੇਰੇ ਅੰਦਰ ਦਾ ਰਸ ਚਲਾਤਾ ਅਤੇ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਬੁੱਢਾ ਜੀ ਤੁਸੀਂ ਗੁਰੂ ਨਾਨਕ ਦੀ ਗੱਲ ਛੇੜੀ ਹੈ ਅਤੇ ਹੁਣ ਨਾਲ ਉਹ ਸਮੇਂ ਦੇ ਦਰਸ਼ਨ ਕਰਾਓ ਜਦੋਂ ਅੰਦਰ ਦਾ ਰਸ ਬਖਸ਼ਿਆ ਬਾਬਾ ਬੁੱਢਾ ਜੀ ਫਿਰ ਦਰਸ਼ਨ ਕਰਾਏ ਮੇਰਾ ਖਿਆਲ 12 ਸਾਲ ਦੀ ਲਾਗੇ ਉਮਰ ਉਹ ਦਰਸ਼ਨ ਕਰਾਏ ਵੀ ਮੈਨੂੰ ਦਰਸ਼ਨ ਹੋਏ ਬਾਬੇ ਨਾਨਕ ਦੇ ਅੰਦਰ ਬਿੰਨਿਆ ਗਿਆ ਅੰਦਰ ਕੁਝ ਅਜੀਬ ਜੀ ਕਿਰਪਾ ਹੋਈ ਅਗਲੇ ਦਿਨ ਜਦੋਂ ਮੈਂ ਆਇਆ ਸੋਚਿਆ ਖਾਲੀ ਨਾ ਜਾਵਾਂ ਗੁਰੂ ਪੀਰ ਕੋ ਖਾਲੀ ਨਹੀਂ ਜਾਈਦਾ ਮੈਂ 2 ਪ੍ਰਸ਼ਾਦੇ ਲੈ ਗਿਆ ਗੁਰੂ ਨਾਨਕ ਨੇ 4 ਹਿੱਸੇ ਕੀਤੇ ਆਪ ਵੀ ਛਕਿਆ ਮੈਨੂੰ ਵੀ ਛਕਾਇਆ ਤੁਹਾਨੂੰ ਵੀ ਛਕਾਇਆ ਬਾਲਾ ਜੀ ਨੂੰ ਵੀ ਉਸ ਬਾਬੇ ਨਾਨਕ ਦੇ ਮੁੱਖ ਚੋਂ ਨਿਕਲ ਆਇਆ ਅਸੀਂ ਤ੍ਰਿਪਤ ਹੋ ਗਏ ਹਾਂ ਅਸੀਂ ਤ੍ਰਿਪਤ ਹੋ ਗਏ ਹਾਂ ਬਾਬਾ ਬੁੱਢਾ ਸਾਹਿਬ ਕਹਿੰਦੇ ਸਾਡੇ ਮੁੱਖ ਚੋਂ ਨਿਕਲ ਆਇਆ ਪ੍ਰਸ਼ਾਦਾ ਛਕਣ ਨਾਲ ਭੁੱਖ ਤ੍ਰਿਪਤ ਹੋ ਗਈ ਬਾਬਾ ਨਾਨਕ ਆਤਮਾ ਕਿਵੇਂ ਤ੍ਰਿਪਤ ਹੋਵੇ
ਆਤਮਾ ਕਿਵੇਂ ਤ੍ਰਿਪਤ ਹੋਵੇ, ਇਹਨੂੰ ਕਿਵੇਂ ਤ੍ਰਿਪਤੀ ਆਵੇ। ਤੇ ਬਾਬਾ ਬੁੱਢਾ ਸਾਹਿਬ ਕਹਿੰਦੇ, ਮਰਦਾਨਾ ਜੀ, ਸਾਨੂੰ ਤੇ ਬਹੁਤੇ ਚੌਂਕੜੇ, ਬਹੁਤੇ ਸਵਾਸ, ਬਹੁਤੇ ਆਸਣ, ਬਹੁਤੇ ਵਿਭੂਤੀਆਂ ਲਾਉਣ ਦੀ ਲੋੜ ਹੀ ਨਹੀਂ ਪਈ। ਗੁਰੂ ਨਾਨਕ ਨੇ ਇੰਨਾ ਹੀ ਕਿਹਾ, ਉਮਰ ਤੇ ਛੋਟੀ ਏ, ਗੱਲਾਂ ਬੁੜਿਆਂ ਵਰਗੀਆਂ ਕਰਦਾ। ਉਸ ਬਚਨ ਵਿੱਚ ਹੀ ਅੰਦਰ ਦਾਨਿਆਂ ਵਰਗਾ ਰਸ ਦੇ ਦਿੱਤਾ। ਆਖੋ ਸਤਨਾਮ। ਉਹ ਇੱਕ ਇਹ ਉਮਰ ਦੁਨਿਆਵੀ ਹੈ, ਇੱਕ ਦੂਜੀ ਜਿਹੜੀ ਅੰਦਰ ਦੀ ਉਮਰ ਹੈ ਉਹਦਾ ਰਸ ਦਿੱਤਾ। ਉਹ ਦਾਨਿਆਂ ਵਾਲਾ ਜਿਹੜਾ ਕਈ ਕੋਟ ਹੋਏ ਪੁਜਾਰੀ, ਕਈ ਕੋਟ ਅਚਾਰ ਵਿਹਾਰੀ, ਕਈ ਕੋਟ ਭਏ ਤੀਰਥ ਵਾਸੀ, ਕਈ ਕੋਟ ਬਨ ਭਰਵੇਂ ਉਦਾਸੀ, ਉਹ ਰਸ ਇੰਨੇ ਇੰਨੇ ਕਾਰਜ ਕਰਕੇ ਵੀ ਸਾਨੂੰ ਗੁਰੂ ਨਾਨਕ ਨੇ ਉਸ ਬਚਨ ਵਿੱਚ ਅੰਦਰ ਦਾ ਰਸ ਦੇ ਦਿੱਤਾ। ਇੰਨਾ ਹੀ ਕਹਿ ਕੇ, ਉਮਰ ਤੇ ਛੋਟੀ ਏ, ਗੱਲਾਂ ਬੁੜਿਆਂ ਵਰਗੀਆਂ ਕਰਦਾ। ਆਖੋ ਸਤਨਾਮ। ਗੱਲਾਂ ਬੁੜਿਆਂ ਵਰਗੀਆਂ, ਗੱਲਾਂ ਦਾਨਿਆਂ ਵਰਗੀਆਂ। ਉਹ ਜਿਹੜਾ ਅੰਦਰ ਦਾ ਦਾਨਾ ਰਸ ਹੈ ਉਹ ਦਿੱਤਾ, ਉਹ ਕਿਰਪਾ ਕਰਦੀ, ਉਹ ਬਖਸ਼ਿਸ਼ ਕਰਦੀ, ਉਹ ਰਹਿਮਤ ਕਰਦੀ। ਬੋਲਿਓ ਪਿਆਰ ਨਾਲ, ਵਾਹਿਗੁਰੂ ਵਾਹਿਗੁਰੂ। ਉੱਠਿਓ ਨਾ ਕੋਈ ਦੋ ਦਿਨ ਮੈਂ। ਹੁਣ ਮਰਦਾਨਾ ਜੀ ਕੀ ਕਹਿੰਦੇ ਅੱਗੋਂ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਗੱਲ ਨੂੰ ਸਮਝਿਓ, ਇੱਕ ਹੈ ਅੰਦਰ ਦੀ ਉਮਰ, ਅੰਦਰ ਦੀ। ਹੁਣ ਤੁਹਾਡੇ ਚੋਂ ਜਿਹਦਾ ਰੋਮ ਰੋਮ ਨਹੀਂ ਸਿਮਰਨ ਚੱਲਿਆ, ਉਹ ਉਮਰ ਅਜੇ ਅੰਦਰ ਦੀ ਉਮਰ ਅਜੇ ਛੋਟੀ ਹੈ। ਜਵਾਨ ਤੱਕ ਵਾਹਿਗੁਰੂ ਕੰਠ 'ਚ ਨਹੀਂ ਗਿਆ, ਹਿਰਦੇ 'ਚ ਨਹੀਂ ਗਿਆ, ਸੁਰਤੀ 'ਚ ਨਹੀਂ ਗਿਆ, ਦਸਮ ਦੁਆਰ 'ਚ ਨਹੀਂ ਗਿਆ, ਰੋਮ ਰੋਮ 'ਚ ਨਹੀਂ ਗਿਆ। ਉਹ ਬਾਬਾ ਬੁੱਢਾ ਸਾਹਿਬ ਕਹਿੰਦੇ, ਇੱਕ ਬਚਨ 'ਚ ਗੱਲਾਂ ਤੇ ਬੁੜਿਆਂ ਵਰਗੀ, ਉਹ ਅੰਦਰ ਦਾ ਦਾਨਾਪਨ ਰਸ ਦੇ। ਕਿਸੇ ਨੂੰ ਨਾ ਸਮਝ ਲੱਗੀ ਹੋਵੇ, ਇੱਕ ਫਕੀਰ ਆਇਆ ਸੀ, ਜਿਵੇਂ ਘਰ ਦਾ ਬੂਹਾ ਖੜਕਾਇਆ, ਕੁਝ ਮਿਲ ਜੇ ਦਿੱਤਾ ਨੂੰਹ ਨੇ, ਤੇ ਫਕੀਰ ਨੇ ਫਿਰ ਨੂੰਹ ਨੂੰ ਪੁੱਛਿਆ ਸੀ, ਬੇਟਾ ਤੇਰੀ ਕਿੰਨੀ ਉਮਰ ਏ? ਉਹਨੇ ਆਖਿਆ ਸੀ, ਮੇਰੀ ਉਮਰ 20 ਸਾਲ ਏ। ਬੇਟਾ ਸੱਸ ਦੀ ਕਿੰਨੀ ਉਮਰ ਏ? ਕਹਿੰਦੀ 2.5 ਸਾਲ ਏ। ਆਖੋ ਸਤਨਾਮ। ਸਹੁਰੇ ਦੀ ਕਿੰਨੀ ਉਮਰ ਏ? ਕਹਿੰਦੀ ਅਜੇ ਜਨਮ ਹੀ ਨਹੀਂ ਹੋਇਆ। ਹੁਣ ਇਹ ਗੱਲਾਂ ਸਾਰੀਆਂ ਦੂਜੀਆਂ ਸੀ, ਅੰਦਰ ਦੀਆਂ, ਦੁਨੀਆ ਵੀ ਉਮਰ ਦੀਆਂ ਨਹੀਂ ਸੀ। ਹੁਣ ਪਰਿਵਾਰ ਨੇ ਤੇ ਕਲੇਸ਼ ਪਾਤਾ, ਤੂੰ ਚੰਗੀ ਸਾਡੀ ਬਦਨਾਮੀ, ਆ ਸੱਸ 2.5 ਸਾਲ ਦੀ, ਤੂੰ 30 ਸਾਲ ਦੀ ਏ, 20 ਦੀ ਕਿਹਾ, ਮੈਨੂੰ ਕਹਿੰਦੀ ਜਨਮ ਹੀ ਨਹੀਂ ਹੋਇਆ। ਫਿਰ ਜਦੋਂ ਨੂੰਹ ਨੇ ਆਖਿਆ, ਪਿਤਾ ਜੀ ਪਿਤਾ ਜੀ, 10 ਸਾਲ ਮੈਂ ਨਾਮ ਨਹੀਂ ਜਪਿਆ, 10 ਸਾਲ ਦੀ ਸਾਂ ਜਦੋਂ ਲੱਗੀ ਆ, ਮੇਰੀ ਅਸਲੀ ਉਮਰ 20 ਸਾਲ ਹੀ ਹੈ। ਆ ਮੇਰੇ ਸੱਸ ਮਾਤਾ ਨੇ 2.5 ਸਾਲ ਹੀ ਹੋਇਆ, ਗੁਟਕਾ ਸਾਹਿਬ ਫੜਿਆ ਸੁਮਨੀ ਸਾਹਿਬ ਦਾ, ਗੁਟਕਾ ਸਾਹਿਬ ਫੜਿਆ ਜਪਜੀ ਸਾਹਿਬ ਦਾ, ਇਹਦੀ ਅਸਲੀ ਉਮਰ ਅਜੇ 2.5 ਸਾਲ ਹੀ ਹੈ। ਅਤੇ ਪਿਤਾ ਜੀ ਗੁੱਸਾ ਨਾ ਕਰੋ, ਪਿੰਡ ਦੀ ਨੰਬਰਦਾਰੀ, ਪਿੰਡ ਦੀ ਸਰਪੰਚੀ, ਪਿੰਡ ਦੀ ਪ੍ਰਧਾਨਗੀ ਵਿੱਚ ਤੁਹਾਡਾ ਇੰਨਾ ਜੀਵਨ ਲੱਗਾ, ਜੇ ਕਹਿੰਦੇ ਹਾਂ ਕੁਝ ਨਾਮ ਸਿਮਰਨ, ਕੁਝ ਬਾਣੀ, ਇੱਕ ਪੈਸਾ ਵੀ ਤੁਹਾਡਾ ਉੱਧਰ ਧਿਆਨ ਨਹੀਂ, ਅਤੇ ਸਹੀ ਮਾਇਣਿਆਂ 'ਚ ਗੁਰੂ ਨਾਨਕ ਦੇ ਘਰ ਤੁਹਾਡਾ ਅਜੇ ਜਨਮ ਹੀ ਨਹੀਂ ਹੋਇਆ। ਹਾਏ ਹਾਏ, ਹੁਣ ਸਾਰੀਆਂ ਗੱਲਾਂ ਅੰਦਰ ਦੀਆਂ ਦਾਨੇ ਪਾਉਂਦੀਆਂ ਸੀ। ਬਾਬਾ ਬੁੱਢਾ ਸਾਹਿਬ ਕਹਿੰਦੇ, ਉਹ ਦੇ ਉਹ ਰਸ ਅੰਦਰ ਦੇ ਦਾਨੇ ਪਾਉਂਦਾ ਦੇ
ਉਸ ਦਿਨ ਤੋਂ ਸਾਡਾ ਅੰਦਰ ਦੀ ਭਗਤੀ ਚੱਲ ਪਈ, ਅੰਦਰ ਦਾ ਰਸ ਚੱਲ ਪਿਆ। ਗੁਰੂ ਨਾਨਕ ਨੇ ਇਹ ਬੜੀ ਪਿਆਰੀ ਮੁਲਾਕਾਤ ਹੈ ਜੀ। ਹੁਣ ਬਾਬਾ ਬੁੱਢਾ ਸਾਹਿਬ ਨੇ ਕਿਹਾ ਅਸੀਂ ਇੰਜ ਚੱਲ ਕੇ ਆਏ, 12 ਸਾਲ ਉਮਰ ਦੇ ਲੱਗ ਜਾ ਗਏ, ਆਹ ਬਚਨ ਵਿੱਚ ਦੇ ਤਾ। ਅਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਮਰਦਾਨਾ ਜੀ ਤੁਸੀਂ ਆਪਣਾ ਵੀ ਸੁਣਾਓ ਆਖੋ ਸਤਿਨ। ਹੁਣ ਜਿਹੜਾ ਸੁਣਿਓ ਭਾਈ ਮਰਦਾਨਾ ਜੀ ਦੇ ਇੰਜ ਹੱਥ ਜੋੜ ਗਏ, ਹੱਥ ਜੋੜ ਕੇ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਸ਼ੁਰੂਆਤ ਕੀਤੀ ਹੈ ਵੀ ਮੈਂ ਭਾਗਾਂ ਵੱਲ ਆਵਾਂ, ਮੈਨੂੰ ਗੁਰੂ ਨਾਨਕ ਦੇ ਚਰਨਾਂ ਦਾ ਰਸ ਮਿਲਿਆ। ਅਤੇ ਭਾਈ ਮਰਦਾਨਾ ਜੀ ਕਹਿੰਦੇ ਆ ਬਾਬਾ ਬੁੱਢਾ ਸਾਹਿਬ ਜੀ ਅਜੀਬ ਜਿਹਾ ਸੁਣਿਓ ਬਚਨ, ਭਾਈ ਮਰਦਾਨਾ ਜੀ ਕਹਿੰਦੇ ਅਜੀਬ ਜਿਹਾ ਮੈਂ ਵੀ ਭਾਗਾਂ ਵੱਲ ਹਾਂ। ਬਾਬਾ ਬੁੱਢਾ ਸਾਹਿਬ ਕਹਿੰਦੇ ਵੀ ਮੈਂ ਕਿਹਾ ਭਾਗਾਂ ਵੱਲ ਹਾਂ, ਤੁਸੀਂ ਕਹਿੰਦੇ ਹੋ ਅਜੀਬ ਜਿਹਾ ਭਾਗਾਂ ਵੱਲ ਹਾਂ, ਇਹ ਕੀ ਮਤਲਬ? ਕਹਿੰਦੇ ਅਜੀਬ ਜਿਹਾ ਮੈਂ ਤਾਂ ਭਾਗਾਂ ਵੱਲ ਆਵਾਂ ਕਿ ਮਰਦਾਨਾ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਤੁਸੀਂ ਗੁਰੂ ਨਾਨਕ ਕੋ ਚੱਲ ਕੇ ਆਏ ਹੋ ਪਰ ਮੈਂ ਅਜੀਬ ਜਿਹਾ ਭਾਗਾਂ ਵੱਲ ਆਵਾਂ, ਮੈਂ ਗੁਰੂ ਨਾਨਕ ਕੋਲ ਚੱਲ ਕੇ ਨਹੀਂ ਗਿਆ, ਗੁਰੂ ਨਾਨਕ ਨੇ ਮੇਰੀ ਮਾਂ ਕੋਲੋਂ ਮੈਨੂੰ ਮੰਗਿਆ ਹੈ। ਧਿਆਨ ਦੇ ਮੈਨੂੰ ਮੰਗਿਆ ਹਾਂ, ਕਹਿੰਦੇ ਮੈਂ ਅਜੀਬ ਜਿਹਾ ਭਾਗਾਂ ਵੱਲ ਵੀ ਜਿਹਨੂੰ ਗੁਰੂ ਨਾਨਕ ਮੰਗੇ, ਗੱਲ ਸਮਝਿਓ। ਗੁਣ ਗਾ, ਗੁਰਬਾਣੀ ਕਹਿੰਦੀ ਹੈ ਤੈਨੂੰ ਰੱਬ ਲੱਭੇਗਾ।